ਲਕੀਰ ਲੱਗ ਗਈ ਆ, ਮਨ ਲਕੀਰ ਲੱਗ ਗਿਆ। ਸਾਹਿਬ ਸੱਚੇ ਪਾਤਸ਼ਾਹ ਦੀ ਫੋਟੋ ਨੂੰ ਬਾਬਾ ਜੀ ਨੇ ਪ੍ਰਤੱਖ ਜਾਣ ਕੇ ਪੂਜਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਜਾਣ ਕੇ ਪੂਜਿਆ। ਤੇ ਨਿਮਰਤਾ ਏਡੀ ਬਈ ਸੰਗਤ ਦੀ ਬਰਾਬਰੀ ਵੀ ਨਹੀਂ ਕਰਨੀ, ਥਾਂ ਪੁੱਟ ਕੇ ਬੈਠੇ। ਅਸੀਂ ਉਹਨਾਂ ਦੇ ਨਾਮ ਲੇਵਾ ਨਾਮ ਧਰੀ, ਜੇ ਐਡੇ ਹੋ ਕੇ ਉਹਨਾਂ ਵਿੱਚ ਏਡੀ ਨਿਮਰਤਾ ਆਈ ਤਾਂ ਸਾਡੇ ਵਿੱਚ ਕਿਤਨੀ ਕੁ ਆਵੇ। ਬਾਬਾ ਜੀ ਆਖਦੇ ਸਨ ਨਿਮਰਤਾ ਹੀ ਪਦਾਰਥ ਹੈ, ਨਿਮਰਤਾ ਹੀ ਪ੍ਰਾਪਤੀ ਹੈ, ਨਿਮਰਤਾ ਹੀ ਨਾਮ ਹੈ, ਨਿਮਰਤਾ ਹੀ ਗੁਰੂ ਨਾਨਕ ਹੈ, ਨਿਮਰਤਾ ਹੀ ਨਿਰੰਕਾਰ ਹੈ। ਇਸ ਵਿੱਚ ਨਿਮਰਤਾ ਨਹੀਂ ਆਈ ਉਹਦੇ ਕੋਲ, ਆਇਆ ਕੀ ਕੁਛ ਵੀ। ਏਡੀ ਨਿਮਰਤਾ ਕੀਤੀ ਬਾਬਾ ਜੀ ਨੇ, ਏਡੀ ਨਿਮਰਤਾ ਕੀਤੀ ਵੀ ਥਾਂ ਪੁੱਟ ਕੇ ਬੈਠੇ। ਗੱਦੀ ਚਲਾਉਣੀ ਤਾਂ ਗੱਲ ਹੀ ਕਿਹੜੀ, ਚਾਹੁੰਦੇ ਤਾਂ ਰਾਜੇ ਪਾਲਕੀ ਚੁੱਕੀ ਫਿਰਦੇ, ਪਰ ਨਹੀਂ, ਸੰਸਾਰ ਦੀ ਵਡਿਆਈ ਨੂੰ ਕੀਤੀ ਹੈ ਕੰਡ ਤੇ ਗੁਰੂ ਨਾਨਕ ਵੱਲ ਕੀਤਾ ਮੁੱਖ। ਦੁਨੀਆਂ ਵਿੱਚ ਐਸਾ ਮਹਾਂਪੁਰਖ ਕੋਈ ਨਾ ਦਿਸੇ ਜਿਸਨੇ ਆਪ ਨੂੰ ਕੁਛ ਨਾ ਬਣਾਇਆ ਹੋਵੇ, ਜੋ ਕੁਝ ਜਾਣਿਆ ਹੋਵੇ ਆਪ ਦੇ ਗੁਰੂ ਨੂੰ। ਸਤਿਗੁਰ ਬੋਲੋ ਸ੍ਰੀ ਵਾਹਿਗੁਰੂ, ਫਿਰ ਜਪੋ ਸ੍ਰੀ ਵਾਹਿਗੁਰੂ। ਇੱਕ ਵਾਰੀ ਸਵੇਰ ਦਾ ਵੇਲਾ ਸੀ, ਆਸਾ ਦੀ ਵਾਰ ਦਾ ਕੀਰਤਨ ਪਹਿਲਾ ਜਥਾ ਕਰਕੇ ਉੱਠਿਆ, ਉੱਤੋਂ ਡਿਊਟੀ ਆਈ ਸਾਡੀ ਕੀਰਤਨ ਦੀ। ਅਜੇ ਬਾਬਾ ਜੀ ਅੰਦਰੋਂ ਬਾਹਰ ਨਹੀਂ ਆਏ, ਆਸਨ ਬਾਹਰ ਵਿਛਿਆ ਹੈ। ਤੇ ਜਿਸ ਵੇਲੇ ਕੀਰਤਨ ਆਰੰਭ ਹੋਇਆ ਤੇ ਬਾਬਾ ਜੀ ਬਾਹਰ ਆਏ ਤੇ ਆਸਨ ਚੁੱਕ ਕੇ ਪਰਾਂ ਰੱਖਿਆ, ਪੁੰਜੇ ਬੈਠ ਗਏ, ਪੋਏ ਤੇ ਬੈਠ ਗਏ। ਮੁਖੀਆਂ ਨੇ, ਆਗੂਆਂ ਨੇ, ਸੇਵਾਦਾਰਾਂ ਨੇ ਤੱਕਿਆ, ਜਾਣਿਆ ਅੱਜ ਕੋਈ ਗੱਲ ਹੈ। ਉਹਨਾਂ ਨੇ ਬਾਕੀ ਆਸਨ ਪਰੇ ਕੀਤਾ, ਇੱਕ ਕੱਪੜਾ ਚੁੱਕਿਆ ਕਿ ਅੱਜ ਗਰੀਬ ਨਵਾਜ਼ ਆ ਥੱਲੇ ਬਿਠਾਇਆ।
ਬਾਬਾ ਜੀ ਨੇ ਫਿਰ ਗੁੱਸੇ ਨਾਲ ਚੁੱਕ ਕੇ ਪਰਾ ਸੁੱਟਿਆ, ਯਾਰ ਸਾਨੂੰ ਕੀਰਤਨ ਸੁਣ ਲੈਣ ਦਿਓ, ਸਾਨੂੰ ਟਿਕ ਕੇ ਬੈਠਣ ਵੀ ਨਹੀਂ ਦਿੰਦੇ, ਪਰੇ ਹਟ ਜਾਓ। ਪਰ ਚੈਨ ਕਿੱਥੇ? ਦੁਬਾਰਾ ਉਹਨੇ ਫਿਰ ਜਿਸ ਵੇਲੇ ਬੇਨਤੀ ਕੀਤੀ ਤਾਂ ਬਾਬਾ ਜੀ ਮੇਰੇ ਵੱਲ ਹੱਥ ਕਰਕੇ ਆਖਣ ਲੱਗੇ, ਮੈਂ ਜੇ ਅੱਜ ਆਸਨ ਵਿਛਾ ਪਵਾਂਗਾ ਕੱਲ ਨੂੰ ਇਹ ਵੀ ਵਿਛਾ ਲਏਗਾ, ਮੈਂ ਇਹਦੀ ਖਾਤਰ ਨਹੀਂ ਵਿਛਾਉਂਦਾ। ਹੁਣ ਮੈਂ ਚਾਹੁੰਦਾ ਬਾਬਾ ਜੀ ਮੇਰਾ ਅਖੀਰਲਾ ਵੀ ਸੁਹਾਸ ਹੋਵੇ ਤਾਂ ਤੁਹਾਡਾ ਇਹ ਬਚਨ ਉਸ ਵੇਲੇ ਤੱਕ ਮੇਰੇ ਕੰਨਾਂ ਵਿੱਚ ਗੂੰਜਦਾ ਰਹੇ ਕਿ ਸੱਚਮੁੱਚ ਅਸੀਂ ਕਿਸੇ ਆਸਣ ਦੇ ਲਾਇਕ ਨਹੀਂ, ਕਿਸੇ ਥਾਂ ਜੋਗੇ ਹੀ ਨਹੀਂ, ਸਾਡੀ ਜੇ ਥਾਂ ਹੈ ਤਾਂ ਤੁਹਾਡਿਆਂ ਜੋੜਿਆਂ ਵਿੱਚ, ਸਾਡੀ ਜੇ ਕੋਈ ਥਾਂ ਹੈ ਤਾਂ ਸੰਗਤ ਦੀਆਂ ਜੁੱਤੀਆਂ ਵਿੱਚ, ਸਾਡੀ ਜੇ ਕੋਈ ਸੋਭਾ ਹੈ ਤਾਂ ਸੰਗਤ ਦੀ ਧੂੜ ਵਿੱਚ। ਦਾਸ ਸਿੰਘ ਬੋਲੋ ਸੀ, ਕਿਉਂਕਿ ਬਾਬਾ ਜੀ ਜਾਣਦੇ ਸਨ ਕਮਾਈ ਇਹਨਾਂ ਦੀ ਏਡੀ ਹੈ ਨਹੀਂ, ਸੁੱਖ ਇਹਨਾਂ ਨੂੰ ਸੰਸਾਰ ਦੇ ਸਾਰੇ ਮਿਲਣੇ ਹਨ, ਤੇ ਜੇ ਹਉਮੈ ਕਰ ਗਏ ਤਾਂ ਫਿਰ ਕਿਸੇ ਗੱਲ ਜੋਗੇ ਨਾ ਰਹਿਣਗੇ, ਇਸ ਵਾਸਤੇ ਕੁਝ ਨਿਮਰਤਾ ਦਾ ਪੂਰਣਾ ਪਾਈਏ। ਉਹ ਅੱਖਰ ਐਸੇ ਅਣਿਆਲੇ ਸਨ, ਕੁੰਡੀਆਂ ਵਾਲੇ ਤੀਰ ਜੋ ਖੁੱਭ ਗਏ ਤੇ ਨਿਕਲੇ ਨਾ, ਪਰ ਉਹ ਪੀੜਾ ਨਹੀਂ ਕਰਦੇ, ਇਹ ਵਚਨ ਸੁਖਦਾਈ, ਬੜਾ ਸੁੱਖ ਦਿੰਦੇ ਹਨ। ਜਿਹਨੂੰ ਕਿਹਨੂੰ ਇਹ ਵਚਨ ਯਾਦ ਰਹਿਣਗੇ ਉਹ ਸਦਾ ਸੁਖੀ ਰਹੇਗਾ, ਕਿਉਂਕਿ ਹੁੰਦਾ ਫੜੀ ਅਗ ਨਾਨਕ ਜਾਨ, ਨਾ ਹਉ ਨਾ ਮੈਂ ਜੂਨੀ ਪਾਨ, ਕਿ ਜੋ ਕੋਈ ਕੁਝ ਹੁੰਦਾ ਹੈ ਕੁਛ ਬਣਦਾ ਹੈ ਉਹੀ ਉਹ ਫੜਿਆ ਜਾਂਦਾ। ਸਹਿਬਾਤਿਨ ਨਾ ਮੈਂ ਕੁਛ ਬਣਿਆ ਨਾ ਮੈਂ ਜੂਨੀਆਂ 'ਚ ਪੈ ਸਕਣਾ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਜੋ ਮਰਜ਼ੀ ਲਿਖ ਲਓ, ਪਰ ਮੋਹੇ ਜਮ ਡੰਡ ਨਾ ਲੱਗੇ, ਕਿਉਂ ਮੈਂ ਕੁਛ ਬਣਿਆ ਹੀ ਨਹੀਂ, ਮੈਂ ਕੋਈ ਸ਼ੈ ਖਰੀਦੀ ਨਹੀਂ, ਮੇਰੇ ਕੋਲੋਂ ਕੋਈ ਮਸੂਲ ਕੀ ਮੰਗੇਗਾ। ਇਹਦਾ ਜਬ ਲਗ ਕੋਟ ਉਠਾਈ ਚੱਲੇ ਤਬ ਲਗ ਡਾਮ ਭਰੇ, ਬਹੁਤ ਡਾਰ ਗੁਰ ਪੂਰਾ ਮਿਲਿਆ, ਪੂਰਾ ਗੁਰੂ ਮਿਲਿਆ। ਉਹਨੇ ਆਖਿਆ ਕਿਉਂ ਮਸੂਲੀਆ ਤੈਨੂੰ ਫੜੀ ਖੜੋਤਾ, ਤੂੰ ਪੰਡ ਹੀ ਸੁੱਟ ਦੇ, ਤੂੰ ਹਮਿਆਂ ਦੀ ਪੰਡ ਲਾਹ ਕੇ ਪਰਾਂ ਮਾਰ, ਜਮਦੂਤ ਤੈਨੂੰ ਕੀ ਆਖ ਸਕਦਾ, ਇਹ ਤਾਂ ਵਿੱਚ ਹਉਮੈ ਲੇਖਾ ਮੰਗੀ, ਇਹ ਤਾਂ ਉਹਨਾਂ ਚਿਰ ਲੇਖਾ ਚੱਲਦਾ ਜਿੰਨਾ ਚਿਰ ਬੰਦੇ ਵਿੱਚ ਹਉਮੈ ਰਹੇ। ਜੇ ਬੰਦਾ ਆਪਣੀ ਹਉਮੈ ਨੂੰ ਮਾਰ ਨਿਵਾਰੇ ਤੇ ਮੁੱਖ ਰੱਖੇ ਆਪ ਦੇ ਗੁਰੂ ਨੂੰ, ਹਰ ਹਾਲ ਵਿੱਚ ਗੁਰੂ ਨੂੰ ਚੇਤੇ ਰੱਖੇ, ਹਰ ਕੰਮ ਵਿੱਚ ਗੁਰੂ ਨੂੰ ਮੁੱਖ ਰੱਖੇ, ਹਰ ਵੇਲੇ ਗੁਰੂ ਨੂੰ ਚਿਤਾਰੇ, ਹਰ ਵੇਲੇ ਗੁਰੂ ਦੀ ਯਾਦ ਵਿੱਚ ਵਸੇ, ਕੋਈ ਜਮਿਆਂ ਨੂੰ ਲੇਖਾ ਪੁੱਛਣ ਵਾਲਾ ਇੱਥੇ ਕਿ ਉੱਥੇ, ਦੋਹੀਂ ਜਹਾਨੀ ਤੱਤੀ ਵਾਹ ਨਹੀਂ ਲੱਗ ਸਕਦੀ ਕਿਹਨੂੰ, ਜਿਹੜਾ ਕੋਈ ਬਾਬਾ ਜੀ ਦੇ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਧਾਰ ਲਏਗਾ। ਬਾਬਾ ਜੀ ਆਖਦੇ ਸਨ ਸਿੱਖ ਨੇ ਕੀ ਬਣਨਾ, ਅਖੇ ਕੁਛ ਨਹੀਂ ਬਣਨਾ, ਕੋਈ ਕੁਝ ਬਣਿਆ ਫਿਰਦਾ, ਕੋਈ ਕੁਝ ਬਣਿਆ ਫਿਰਦਾ, ਪਰ ਸਿੱਖ ਨੇ ਕੀ ਬਣਨਾ, ਅਖੇ ਕੁਛ ਨਹੀਂ ਬਣਨਾ, ਪਰ ਜਿਹੜਾ ਕੁਛ ਨਹੀਂ ਬਣਿਆ ਉਹ ਸਿੱਖ ਬਣ ਗਿਆ, ਜਿਹੜਾ ਕੁਛ ਬਣ ਗਿਆ ਉਹ ਸਿੱਖ ਹੀ ਨਹੀਂ ਬਣਿਆ, ਉਹਨੇ ਹੋਰ ਕੀ ਬਣਨਾ ਹੈ। ਇਹ ਬਚਨ ਜਿਸ ਵੇਲੇ ਯਾਦ ਆਉਂਦੇ, ਹੁਣ ਕੌਣ ਇਹੋ ਜਿਹਾ ਬਚਨ ਸੁਣਾਵੇ, ਕੌਣ ਐਸੇ ਪੂਰਨੇ ਪਾਵੇ, ਕੌਣ ਇਹੋ ਜਿਹੀਆਂ ਲੀਆਂ ਤੇ ਤੋਰੇ ਸਾਨੂੰ। ਹੁਣ ਇੱਕੋ ਹੀ ਸਹਾਰਾ ਹੈ,
ਬਈ ਸਾਲ ਬਾਅਦ ਜਿਸ ਵੇਲੇ ਬਰਸੀ ਦੇ ਦਿਨ ਆਉਂਦੇ ਹਨ ਤਾਂ ਉਹ ਪੂਰਨਿਆਂ ਦੀਆਂ ਲਕੀਰਾਂ ਜਰਾ ਗੋਰ ਡੂੰਘੇਰੀਆਂ ਕਰ ਲੈਂਦੇ ਹਾਂ ਕਿ ਸ਼ਾਇਦ ਕਿਸੇ ਵੇਲੇ ਕੋਈ ਇਹ ਲੀਕ ਮਿਟ ਜਾਏ ਤਾਂ ਅਸੀਂ ਲਕੀਰ ਲੰਘ ਨਾ ਜਾਈਏ। ਇਸੇ ਵਾਸਤੇ ਬਰਸੀ ਦਾ ਦਿਨ ਨੀਯਤ ਹੈ ਬਾਬਾ ਜੀ ਦੀਆਂ ਸਾਖੀਆਂ, ਬਾਬਾ ਜੀ ਦੇ ਪੂਰਨੇ, ਬਾਬਾ ਜੀ ਦੀਆਂ ਕਥਾ, ਬਾਬਾ ਜੀ ਦੇ ਬਚਨ ਚਿਤਾਰਨੇ ਔਰ ਉਹਨਾਂ ਬਚਨਾਂ ਉੱਤੇ ਫੁੱਲ ਚੜਾਉਣ ਦਾ ਯਤਨ ਕਰਨਾ। ਤੇ ਫਿਰ ਬਾਬਾ ਜੀ ਅਖੰਡ ਪਾਠ ਕੀਰਤਨ ਬਸ ਦੋ ਹੀ ਗੱਲਾਂ ਮੁੱਖ ਰੱਖਦੇ। ਬਾਬਾ ਜੀ ਤਾਂ ਸੰਕੋਚ ਨਹੀਂ ਸਨ ਕਰਦੇ, ਇੱਥੋਂ ਤੱਕ ਵੀ ਕਿਸੇ ਨੇ ਆਖਿਆ ਜੀ ਮੈਂ ਅਖੰਡ ਪਾਠ ਕਰਾਉਣਾ ਤਾਂ ਬਾਬਾ ਜੀ ਨੇ ਆਖਿਆ 500 ਖਰਚੇਗਾ, ਆਪ ਨਹੀਂ ਸਨ ਕਰਦੇ, ਨਾ ਆਪਣੇ ਪਾਠੀ ਭੇਜਦੇ ਸਨ, ਨਾ ਆਪਣੇ ਅਸਥਾਨ ਤੇ ਆਪਣੇ ਠਾਠ ਤੇ ਕਿਸੇ ਦਾ ਅਖੰਡ ਪਾਠ ਹੁੰਦਾ ਸੀ। ਜੋ ਕੋਈ ਕਰਾਉਂਦਾ ਸੀ ਆਪ ਦੇ ਘਰੀ ਕਰਾਉਂਦਾ ਸੀ, ਪਰ ਬਾਬਾ ਜੀ ਆਖਦੇ ਸਨ ਇਤਨਾ ਖਰਚੇਗਾ ਤੇ ਫਿਰ ਸਮਝਾਉਂਦੇ ਸਨ ਪਾਠੀਆਂ ਦੀ ਸੇਵਾ ਕਰਨੀ, ਕੀਰਤਨੀਆਂ ਨੂੰ ਉਚੇਚਾ ਮੰਗਵਾਉਣਾ, ਪਤੋ ਕੀ ਅਖੰਡ ਪਾਠ ਹੋਏ। ਬਾਬਾ ਜੀ ਨੇ ਆਖਿਆ ਸੁਜਾਨ ਸਿੰਘ ਨੂੰ ਲਿਆਉਣਾ, ਮੈਨੂੰ ਉਹ ਕਹਿਣ ਲੱਗੇ ਵੀ ਤੁਸੀਂ ਆਓਗੇ, ਮੈਂ ਕਿਹਾ ਮੈਂ ਤਾਂ ਵਕਤ ਦਿੱਤਾ ਹੋਇਆ ਕਿਤੇ, ਅਖੇ ਬਾਬਾ ਜੀ ਨੇ ਆਖਿਆ ਸੀ ਮੁੱਖ ਫਿਰ ਸੱਤ ਬੱਚੇ ਉੱਥੇ ਜਿਸ ਵੇਲੇ ਭੋਗ ਪਿਆ, ਭੋਗ ਪਾ ਕੇ ਮੈਂ ਚਲਾ ਗਿਆ ਤਾਂ ਬਾਬਾ ਜੀ ਦਾ ਬੰਦਾ ਪਹੁੰਚ ਗਿਆ, ਆ ਬਈ ਤੂੰ ਭੋਗ ਵੇਲੇ ਆਇਆ। ਉਹਨੇ ਆਖਿਆ ਮੈਂ ਤਾਂ ਸੁਜਾਨ ਸਿੰਘ ਨੂੰ ਲੈਣ ਆਇਆ। ਬਾਬਾ ਜੀ ਨੇ ਖਲਿਆ ਕਿ ਉਹ ਤਾਂ ਚਲਾ ਗਿਆ, ਪਿੱਛੋਂ ਬਾਬਾ ਜੀ ਨੇ ਬੜਾ ਉਲਾਂਭਾ ਦਿੱਤਾ, ਤੈਨੂੰ ਉੱਥੇ ਇਸੇ ਵਾਸਤੇ ਬੁਲਾਇਆ ਕਿ ਸਾਡੇ ਸੱਜਣ ਤੋਂ ਪਹਿਲਾਂ ਹੀ ਨੱਠ ਜਾਏ। ਕਿੱਡਾ ਪਿਆਰ ਕਰਦੇ ਸਨ, ਕੋਈ ਸੱਕਾ ਸੰਬੰਧੀ ਵੀ ਏਡਾ ਪਿਆਰ ਨਹੀਂ ਕਰਦਾ, ਜਿੱਥੇ ਸਭ ਕੋਈ ਕੰਡ ਕਰ ਜਾਂਦਾ ਉੱਥੇ ਤੂੰ ਬਾਂਹ ਫੜਦਾ। ਇਹ ਬਾਂਹ ਫੜੀ ਰੱਖਣੀ, ਬਾਂਹ ਫੜੇ ਦੀ ਲਾਜ ਰੱਖਣੀ। ਵਾਹਿਗੁਰੂ ਜੀ ਕਾ